ਪਿਓ ਪੁੱਤ ਦਾ ਪਲਟਿਆ ਤਰਬੂਜ਼ ਨਾਲ ਭਰਿਆ ਟਰੱਕ, ਸੜਕ ਤੇ ਬਿਖਰ ਗਏ ਤਰਬੂਜ਼ ਹੀ ਤਰਬੂਜ਼, ਲੋਕਾਂ ਦੀ ਵੇਖੋ ਇਮਾਨਦਾਰੀ ਨਹੀਂ ਚੁੱਕਿਆ ਇੱਕ ਵੀ ਤਰਬੂਜ਼। ਤਾਂ ਦੱਸ ਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਸੜਕ ਤੇ ਇੱਕ ਤਰਬੂਜ਼ ਦੇ ਨਾਲ ਭਰਿਆ ਟਰੱਕ ਪਲਟ ਜਾਂਦਾ, ਜਿਸ ਤੋਂ ਬਾਅਦ ਸੜਕ ਤੇ ਤਰਬੂਜ਼ ਹੀ ਤਰਬੂਜ਼ ਬਿਖਰ ਜਾਂਦੇ ਨੇ। ਤਾਂ ਇੱਥੋਂ ਕਈ ਲੋਕ ਵੀ ਲੰਘੇ ਪਰ ਕਿਸੇ ਨੇ ਵੀ ਮੌਕੇ ਤੇ ਇੱਕ ਵੀ ਤਰਬੂਜ਼ ਨਹੀਂ ਚੁੱਕਿਆ, ਜੋ ਕਿ ਲੋਕਾਂ ਦੀ ਇਮਾਨਦਾਰੀ ਵਿਖਾਉਂਦਾ। ਦੱਸ ਦੇ ਕਿ ਹਾਦਸਾ ਅਬੋਹਰ ਦੇ ਨਜ਼ਦੀਕ ਹੋਇਆ ਜਿੱਥੇ ਟਰੱਕ ਅੱਗੇ ਅਚਾਨਕ ਕੁਝ ਆ ਜਾਂਦਾ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਇਹ ਪਲਟ ਜਾਂਦਾ। ਤਾਂ ਦੱਸ ਦੇ ਕਿ ਟਰੱਕ ਦੇ ਵਿੱਚ ਪਿਓ ਪੁੱਤ ਸਵਾਰ ਹੁੰਦੇ ਨੇ। ਤਾਂ ਇਸ ਹਾਦਸੇ ਦੇ ਵਿੱਚ ਪਿਤਾ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਟਰੱਕ ਪਲਟਣ ਤੋਂ ਬਾਅਦ ਪੂਰੀ ਸੜਕ ਤੇ ਤਰਬੂਜ਼ ਹੀ ਤਰਬੂਜ਼ ਹੋ ਜਾਂਦੇ ਨੇ, ਪਰ ਕੋਲੋਂ ਲੰਘ ਰਹੇ ਲੋਕਾਂ ਨੇ ਇਸ ਵਾਰ ਇਮਾਨਦਾਰੀ ਵਿਖਾਈ, ਉਹਨਾਂ ਦੇ ਵੱਲੋਂ ਇੱਕ ਵੀ ਤਰਬੂਜ਼ ਨਹੀਂ ਚੁੱਕਿਆ ਗਿਆ। ਕਿਉਂਕਿ ਇੱਕ ਵਾਰ ਪੰਜਾਬ ਦੇ ਵਿੱਚ ਸੇਬਾਂ ਨਾਲ ਭਰਿਆ ਟਰੱਕ ਪਲਟਿਆ ਸੀ ਤਾਂ ਲੋਕਾਂ ਦੇ ਵੱਲੋਂ ਭਾਰੀ ਲੁੱਟ ਮਚਾਈ ਗਈ ਸੀ ਤੇ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਗਏ ਸੀ। ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ, ਲੋਕਾਂ ਦੇ ਵੱਲੋਂ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਗਿਆ, ਜਿਸ ਨਾਲ ਨਾ ਸਿਰਫ ਪੰਜਾਬੀਆਂ ਦਾ ਨਾਮ ਬਦਨਾਮ ਹੋਣ ਤੋਂ ਬਚਿਆ, ਸਗੋਂ ਟਰੱਕ ਵਾਲੇ ਦੇ ਵੀ ਤਰਬੂਜ਼ ਬਚ ਗਏ। ਗੱਡੀ ਪਾਰਟੀ ਦੇਖੀ, ਤਰਬੂਜ਼ ਭਰਿਆ ਸੈਂਚਰੀ, ਇਹਨਾਂ ਦਾ ਕਾਫੀ ਨੁਕਸਾਨ ਹੋਇਆ, ਇਹਨਾਂ ਦੀ ਮੌਤ ਵੀ ਕੀਤੀ। ਅੱਛਾ, ਜਿੰਨੀ ਕੁ ਸੱਟ ਹੋਈ? ਜਲੰਧਰ ਕਨੀ ਆਉਣ ਵਾਸਤੇ ਇੱਧਰ ਜਾਣਾ, ਰਾਜਸਥਾਨ ਭੀਲਵਾੜਾ ਜਿਹਦਾ ਕਾਫੀ ਨੁਕਸਾਨ, ਜੀ ਕੋਈ ਚੱਕਦਾ ਨਹੀਂ ਦੇਖਿਆ, ਪਸ਼ੂ ਖਾਈ ਜਾਂਦੇ ਆ, ਜ਼ਰੂਰ ਦੇਖੇ ਆ। ਅਸੀਂ ਮੌਕੇ 'ਤੇ ਪਹੁੰਚੇ ਜਦੋਂ ਉਦੋਂ ਕੋਈ ਚੱਕਣ ਵਾਲਾ ਤਾਂ ਨਹੀਂ ਸੀਗਾ, ਅਤੇ ਅਸੀਂ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਮਦਦ ਕੀਤੀ। ਨੁਕਸਾਨ ਤਾਂ ਜੀ ਦੇਖੋ ਹੁਣ ਕੀ ਰੇਟ ਤਰਬੂਜ ਭਰਿਆ, ਗੱਡੀ ਦਾ ਕੀ ਨੁਕਸਾਨ ਹੈਗਾ, ਗੱਡੀ ਤਾਂ ਬੁੱਧੀ ਪਈ ਹੈ ਸਾਰੀ। ਅੰਕਿਤ ਰਾਠੌਰ, ਪਾਪਾ ਕਾਲੂ ਰਾਮ ਰਾਠੌਰ, ਜਲੰਧਰ ਸੇ। ਬਾਅਦ ਮੈਂ ਪਾਪਾ ਗਾੜੀ ਚਲਾ ਰਹੇ ਥੇ, ਦੇਖਾ ਤੋ ਹਮ ਨਿਕਲੇ ਗਾੜੀ ਸੇ ਬਾਹਰ, ਗਾੜੀ ਪਲਟ ਗਈ ਥੀ। ਨੁਕਸਾਨ ਤਾਂ ਬਾਬੂ ਜੀ ਪੂਰੀ ਗਾੜੀ ਲੋਸ ਹੋ ਗਈ ਹੈ ਮੇਰੀ, ਮੇਰਾ ਕਮ ਸੇ ਕਮ 4-5 ਲੱਖ। ਮਤਲਬ ਇੱਥੇ ਗੱਡੀ ਤੁਰੀ ਆਉਂਦੀ ਪਲਟਾ ਮਾਰ ਗਈ ਹੈ, ਅਸੀਂ ਇਹਨਾਂ ਦੀ ਮਦਦ ਕੀਤੀ ਹੈ, ਚਾਹ ਪਾਣੀ ਪੁੱਛਿਆ ਇਹਨਾਂ ਨੂੰ ਆ ਕੇ, ਪ੍ਰਭੂ ਵੀ ਭਰਿਆ ਹੋਇਆ ਇਹਨਾਂ ਨੂੰ, ਹੋ ਹੀ ਗਿਆ ਹੋਣਾ ਘੱਟ ਤੋਂ ਘੱਟ ਇਹਨਾਂ ਦਾ 1 ਲੱਖ ਰੁਪਏ ਦਾ, ਚੱਕੇ ਨਹੀਂ ਗਏ, ਪੰਨਾ ਤੋੜੀ ਹੋਈ ਆ, ਪਸ਼ੂ ਪਾਈ ਜਾਂਦੇ ਆ। ਮਲਕੀਤ ਹੈ ਹਨੂਮਾਨਗੜ, ਮੈਂ ਵੇਖਿਆ ਜੀ ਗੱਡੀ ਪਲਟੀ ਖੜੀ ਸੀ, ਇੱਕਦਮ ਜੋ ਵੇਖਿਆ ਤਾਂ ਲੋਕ ਲੋਡ ਕਰੀ ਜਾਂਦੇ, ਕੋਈ ਚਾਹ ਪਾਣੀ ਜਾਂ ਕੋਈ ਪੁੱਛੀ ਜਾਂਦੇ, ਇਹ ਤਰਬੂਜ ਲੋਡ ਹੈ। ਚੱਕਰ ਚੁੱਕਣ ਲੋਕਾਂ ਨੇ ਕੱਢਣ ਦੀ ਕੋਸ਼ਿਸ਼ ਕਰੀ ਵੀ ਬਚ ਜਾਣ, ਗੱਡੀ ਬਾਹਲੀ ਕਸੂਤੀ ਫਸੀ ਸੀ, ਡਿੱਗੀ ਸੀ, ਵੀ ਲੋਕ ਕਹਿੰਦੇ ਇੱਕ ਮਿੰਟ ਕਿਵੇਂ ਬਚਤ ਹੋ ਜੇ, ਇਹਨਾਂ ਦੀ ਨੁਕਸਾਨ ਤਾਂ ਸਾਰਾ ਹੀ ਹੋਗਾ ਜੀ, ਉਹਦਾ ਗੱਡੀ ਦੇ ਤਰਬੂਜ ਵੀ ਸਾਰੇ ਖਤਮ ਹੋ ਗਏ, ਅਤੇ ਇਹਨਾਂ ਨੇ ਬਚਤ ਕਰੀ ਆ ਜਨਤਾ ਨੇ। ਮੈਂ ਵੀ ਇੱਕ ਡਰਾਈਵਰ ਹਾਂ, ਮੈਂ ਵੀ ਆ ਕੇ ਖੜਾ ਜਨਤਾ ਵਾਸੀ, ਲੋਕ ਇੰਨਾ ਗੰਦੀ ਵਿਚਾਰਾਂ ਨੇ ਗੰਦੀ ਪਿਆ ਵੀ ਗੱਡੀ ਬਾਹਲੀ ਕਸੂਤੀ ਫਸੀ ਸੀ, ਆਸਾ ਤਾਂ ਜੀ ਕੋਈ ਪਤਾ ਨਹੀਂ ਲੱਗਿਆ, ਮੈਂ ਤਾਂ ਆਪ ਆਈ ਜਾਂਦਾ ਸੀ, ਕੋਈ ਸਟੇਅਰਿੰਗ ਜਾਂ ਕੋਈ ਕਿਦਮ ਕੋਈ ਲੱਗਦਾ ਕੋਈ ਚੀਜ਼ ਆ ਜਾਂਦੇ ਅੱਗੇ ਆ ਗਈ, ਬ੍ਰੇਕਾਂ ਕਰਨ ਗੱਡੀ ਪਲਟ ਗਈ। ਅੰਕਿਤ ਕਲਨਾਮ ਸੀ, ਜਲੰਧਰੋਂ ਆਈ ਜਾਂਦੇ ਫੀਲ ਵਾਲਾ ਜੀ। ਸਰ ਐਕਸੀ ਹਰਸ਼ ਕੁਮਾਰ, ਥਾਣਾ ਬਾਵੜਾ। ਇਹ ਸਾਨੂੰ ਸੂਚਨਾ ਮਿਲੀ ਸੀ ਵੀ ਹੋਰ ਹਨੂਮਾਨਗੜ੍ਹ ਰੋਡ 'ਤੇ ਇੱਕ ਤਰਬੂਜ਼ਾਂ ਦਾ ਭਰਿਆ ਕੈਂਟਰ ਜਿਹੜਾ ਪਲਟ ਚੁੱਕਾ ਹੈ, ਅਤੇ SHO ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਮੌਕੇ 'ਤੇ ਪਹੁੰਚੇ ਤੁਰੰਤ, ਅਤੇ ਉੱਥੇ ਹਾਜ਼ਰ ਸੀਗਾ ਅਰਵਿੰਦ ਜਿਹੜਾ ਕੈਂਟਰ ਦੇ ਵਿੱਚ ਸੀਗਾ, ਮੌਕੇ 'ਤੇ ਹਾਜ਼ਰ ਸੀ, ਅਤੇ ਉਹਦਾ ਅਸੀਂ ਪੁੱਛਿਆ, ਕੁਛ ਪੜਤਾਲ ਕੀਤੀ, ਅਤੇ ਇਹ ਤਰਬੂਜ ਲੈ ਕੇ ਜਾ ਰਹੇ ਸੀ, ਅਤੇ ਕੈਂਟਰ ਪਲਟਣ ਦਾ ਜੀ ਕਾਰਨਾਂ ਦਾ ਪਤਾ ਨਹੀਂ ਲੱਗਿਆ, ਅਤੇ ਕੁਛ ਇੱਧਰ ਉੱਧਰ ਦੇ ਲੋਕ ਵੀ ਆ ਗਏ ਸੀ ਜਿਹੜੇ ਮਦਦ ਕਰ ਰਹੇ ਸੀ ਉਹਨਾਂ ਦੀ, ਅਤੇ ਮੌਕੇ 'ਤੇ ਅਸੀਂ ਉਹਨੂੰ ਅਰਵਿੰਦ ਜਿਹੜਾ ਸੀ ਉਹਦੇ ਕੁਛ ਸੱਟ ਵਗੈਰਾ ਨਹੀਂ ਲੱਗੀ ਹੋਈ ਸੀ, ਅਤੇ ਨਾਲ ਉਹਦਾ ਬੇਟਾ ਸੀ ਜਿਹੜੇ ਚੋਟ ਵਗੈਰਾ ਲੱਗੀ ਸੀ, ਅਤੇ ਉਹ ਇਲਾਜ ਲਈ ਗਿਆ ਹੋਇਆ ਹੋਸਪਿਟਲ, ਅਤੇ
ਬਾਕੀ ਅਸੀਂ ਉਦੋਂ ਆਪਣਾ ਜਿਹੜਾ ਥਾਣੇ ਦਾ ਨਿੱਜੀ ਨੰਬਰ ਹੈ ਐਸਓ ਸਾਹਿਬ ਦਾ ਨੰਬਰ ਵੀ ਦੇ ਕੇ ਆਏ ਹਾਂ ਵੀ ਕੋਈ ਪ੍ਰੋਬਲਮ ਅਗਰ ਹੋਊਗੀ ਤਾਂ ਸਾਡੇ ਨਾਲ ਤੁਰੰਤ ਸੰਪਰਕ ਕਰੇਗਾ ਤਾਂ ਅਸੀਂ ਫਿਰ ਦੁਬਾਰਾ ਸੀ। ਇਹ ਸਰ ਜਤਿੰਦਰ ਕਿਸੇ ਮੰਡੀ 'ਚੋਂ ਭਰੇ ਹੈ ਅਤੇ ਰਾਜਸਥਾਨ ਭੀਲਵਾੜਾ ਲੈ ਕੇ ਜਾ ਰਹੇ। ਇਹ ਬੰਦੇ ਐਮ ਪੀ ਮੱਧ ਪ੍ਰਦੇਸ਼ ਦੇ ਹੈ ਜੀ, ਟਰੱਕ ਵੀ ਇਹਨਾਂ ਦਾ ਹੈਗਾ। ਕਿਸਾਨ ਇਹਨਾਂ ਦਾ ਲੱਖ ਸਵਾ ਲੱਖ ਦਾ ਤਰਬੂਜ਼ ਕਹਿੰਦੇ ਸੀ ਵੀ ਗੱਡੀ ਦੇ ਵਿੱਚ ਪਾਏ।